ਹਾਂਜੀ ਤੁਹਾਡਾ ਨਾਮ? 4 ਮਹੀਨੇ ਹੋ ਗਏ ਭਾਜੀ ਮੋਟਰ ਖਰਾਬ ਨੂੰ। ਠੀਕ ਹੈ, ਇਹਨਾਂ ਨੇ ਕਿਹਾ ਜੀ ਪਾਣੀ ਖਰਾਬ ਆ। ਉਸ ਤੋਂ ਬਾਅਦ ਜੀ ਇਹਨਾਂ ਨੇ ਫਿਰ ਮੁਹੱਲੇ ਵਾਲੇ ਕੋਲ ਸਾਈਨ ਕਰਾ ਕੇ ਮੋਟਰ ਚਲਾ ਦਿੱਤੀ। ਜੇ ਤੁਹਾਨੂੰ ਪਤਾ ਹੀ ਆ ਪਾਣੀ ਖਰਾਬ, ਤੁਸੀਂ ਮੋਟਰ ਕਿਉਂ ਚਲਾਈ? ਤੁਹਾਨੂੰ ਚਲਾਣੀ ਨਹੀਂ ਚਾਹੀਦੀ, ਤੁਸੀਂ ਪਹਿਲਾਂ ਹੀ ਇੰਤਜ਼ਾਮ ਕਰ। 4 ਮਹੀਨੇ ਹੋ ਗਏ ਤੁਹਾਨੂੰ ਪਤਾ ਪਾਣੀ ਖਰਾਬ ਨੂੰ, ਤੁਸੀਂ ਮੋਟਰ ਦਾ ਇੰਤਜ਼ਾਮ ਕਿਉਂ ਨਹੀਂ ਕੀਤਾ? ਅਸੀਂ ਆ ਪਿਛਲਾ 1 ਮਹੀਨਾ ਹੋ ਗਿਆ ਭਾਜੀ ਇੱਥੇ। ਆਪਾਂ ਜੀ ਕਿੱਥੇ ਜਾਂਦੇ ਹਾਂ? ਮਨੂ ਪਟਾਰੇ ਕੋਲ ਜਾ ਕੇ ਉਹਨਾਂ ਨੇ ਕਿਹਾ ਸਾਨੂੰ 1 ਤਰੀਕ ਤੱਕ ਮੌਕਾ ਦਿਓ, ਤੁਹਾਡੀ ਸਾਡੀ ਨਾ ਟੰਡਾ ਮੱਲੇ ਮੋਟਰ ਲੱਗਣੀ ਹੋ ਗਈ ਆ। ਹਜੇ ਤੱਕ ਵੀ ਭਾਜੀ ਹਜੇ ਤੱਕ ਵੀ ਕੁਛ ਹੋਇਆ ਨੀ ਮਸਲਾ। ਲੂਣਾ ਮੋਟਰ ਖਰਾਬ ਹੋ ਗਿਆ ਜਿਹੜਾ ਪਾਣੀ ਵਰਤਦੇ ਸੀ, ਹੁਣ ਫਿਰ ਸਾਡਾ ਹੀ ਹਾਲ ਆ। ਅਸੀਂ ਬਹੁਤ ਜ਼ਿਆਦਾ ਪਰੇਸ਼ਾਨ ਆ, ਸਾਡਾ ਪਾਣੀ ਦਾ ਮਸਲਾ ਛੇਤੀ ਤੋਂ ਛੇਤੀ ਹੱਲ ਕੀਤਾ ਜਾਣਾ। ਹਾਂਜੀ ਭੈਣ ਜੀ, ਤੁਹਾਡਾ ਨਾਮ? ਨਾਮ ਕੀ ਹੈ ਜੀ? ਹਾਂਜੀ, ਕੀ ਕਹਿਣਾ ਚਾਹੁੰਦੇ ਆ? ਅਸੀਂ ਇਹ ਕਹਿਣਾ ਚਾਹੁੰਦੇ ਸਾਨੂੰ ਪਾਣੀ ਦੀ ਬਹੁਤ ਪ੍ਰੋਬਲਮ ਹੈ। 3 ਮਹੀਨੇ ਹੋ ਗਏ, 3 ਮਹੀਨੇ ਹੋ ਗਏ ਸਾਨੂੰ ਪਾਣੀ ਤੋਂ ਬੈਠਿਆ ਹੋਇਆ। ਅਸੀਂ ਪਾਣੀ ਮੁੱਲ ਲੈ ਕੇ ਵਰਤਦੇ ਹਾਂ, ਪੂਰਾ ਨਹੀਂ ਪੈਂਦਾ। ਗਰਮੀ ਦਾ ਮੌਸਮ ਹੈਗਾ ਵਾ, ਅਸੀਂ ਦੱਸੋ ਕਿੱਥੇ ਜਾਈਏ? ਸਾਡੀ ਡਿਮਾਂਡ ਇਹੀ ਹੈ ਸਾਨੂੰ ਪਾਣੀ ਜਲਦੀ ਜ਼ਰੂਰੀ ਤੋਂ ਜ਼ਿਆਦਾ। ਅਸੀਂ 4 ਮਹੀਨੇ ਹੋ ਗਏ ਕਹਿੰਦੇ ਆ, ਕੋਈ ਸੁਣਵਾਈ ਨਹੀਂ ਹੋਈ ਸਾਡੀ। ਹਾਂਜੀ ਸਰ, ਤੁਹਾਡਾ ਨਾਮ? ਨਾਮ ਮੇਰਾ ਬਾਲ ਕਿਸ਼ਨ ਕਾਲੀਆ ਔਰ ਬਾਲੀ। ਤੇ SDO ਸਾਹਿਬ ਨੂੰ ਮੈਂ ਫੋਨ ਤੇ ਕਿਹਾ ਸੀ, SDO ਵਾਟਰ ਸਪਲਾਈ ਨੂੰ, ਇਹਨਾਂ ਨੂੰ ਫੋਨ ਤੇ ਕਿਹਾ ਵੀ ਜਨਾਬ ਪਾਣੀ ਸਾਡੇ ਨਾ ਬੰਦ ਹੀ ਕਰਤਾ ਦੁਪਹਿਰ, ਅੱਜ ਪਾਣੀ ਨਹੀਂ ਆਇਆ। 24 ਘੰਟੇ ਦੇ ਵਿੱਚ 2 ਘੰਟੇ ਪਾਣੀ ਦਿੰਦੇ ਆ, 1.5 ਘੰਟਾ ਪਾਣੀ ਦਿੰਦੇ ਆ, ਉਹ ਵੀ ਸਾਡੇ ਪਾਣੀ ਅੱਜ ਆਇਆ ਨਹੀਂ। ਕਿਹੜਾ ਏਰੀਆ ਹੈ? ਜਰੋਟਿਆਂ ਮੱਲਾ, ਜੋ ਕਿ 24 ਘੰਟੇ ਦੇ ਵਿੱਚ 2 ਘੰਟੇ ਪਾਣੀ ਨਹੀਂ ਸਾਨੂੰ ਆਇਆ ਅੱਜ, ਉਹ ਵੀ ਨਹੀਂ ਆਇਆ। ਉਹ ਕਹਿੰਦੇ ਜੀ ਇਹਦਾ ਪੰਪ ਖਰਾਬ ਆ, ਜਦਕਿ ਮੈਂ SDO ਸਾਹਿਬ ਨੂੰ ਕਿਹਾ, SDO ਸਾਹਿਬ ਕਹਿੰਦੇ ਜੀ ਅਸੀਂ ਬੰਦੇ ਭੇਜ ਰਹੇ ਹਾਂ, ਕਿਤੇ ਕੰਮ ਕਰਦੇ ਆ, ਤੇ ਮੈਂ ਬੰਦੇ ਭੇਜ ਰਿਹਾ ਤੇ ਆ ਕੇ ਤੁਹਾਡੇ ਦੇਖਦੇ ਆ, ਉਹ ਟਾਈਮ ਲੱਗੇਗਾ, ਪੰਪ ਕੱਢਾਂਗੇ, ਪੰਪ ਕੱਢ ਕੇ ਫੇਰ ਉਹ ਮੋਟਰ ਪਾਈ ਜਾਊਗੀ। ਜਦਕਿ ਰਵਿੰਦਰ ਨੂੰ ਮੈਂ ਫੋਨ ਤੇ ਗੱਲ ਕੀਤੀ, ਰਵਿੰਦਰ ਕਹਿੰਦਾ ਵੀ ਕੱਲ੍ਹ ਨੂੰ ਐਤਵਾਰ ਆ, ਤੇ ਪਰਸੋਂ ਨੂੰ ਕੱਢਾਂਗੇ ਤੇ ਫੇਰ ਪਾਉਂ। ਮੈਂ ਕਿਹਾ ਮੈਂ ਆਪ ਖੜ ਕੇ ਕਰਾ ਲੈਣਾ ਤੁਹਾਡੇ ਨਾਲ। ਸਰ, ਗਰਮੀ ਦਾ ਮੌਸਮ ਆ, ਹਾਂਜੀ ਠੀਕ ਹੈ ਜੀ, ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੈਗੇ? ਗਰਮੀ ਦੇ ਮੌਸਮ ਤੇ ਹੁਣ ਮੈਂ, ਚਲੋ ਮੈਂ ਤੁਸੀਂ ਮੂਵੀ ਦੇ ਮੂਹਰੇ ਖੜੇ ਕਰਕੇ ਮੈਂ ਕਹਿਣਾ ਨਹੀਂ ਚਾਹੁੰਦਾ, ਏਦਾਂ ਦੀਆਂ ਗੱਲਾਂ ਕਹਿਣੀਆਂ ਚਾਹੁੰਦਾ ਵੀ ਜਿਹੜੀਆਂ ਨਾ ਬੱਸੋਂ ਬਾਹਰ ਆ ਸਾਡੇ, ਇੰਨਾ ਬੁਰਾ ਹਾਲ ਆ ਵੀ ਜੇ ਘਰ ਦੇ ਵਿੱਚ ਮੈਂ ਹਾਰਟ ਦਾ ਪੇਸ਼ੈਂਟ ਆ ਮੈਂ ਜੇ ਚਾਹਵਾਂ ਤੇ ਮੇਰਾ ਖਿਆਲ ਆ ਵੀ ਮੈਂ ਉੱਪਰ ਜਾ ਕੇ ਕਿਸੇ ਨੂੰ ਮਿੰਟ ਲਾ ਕਰਾਂ, ਇੱਥੇ ਕੋਈ ਸੁਣਵਾਈ ਨਹੀਂ, ਕੋ ਉੱਧਰ ਸ਼ਹਿਰ ਦੇ ਵਿੱਚ ਕੋਈ ਸੁਣਵਾਈ ਨਹੀਂ। ਮੈਂ ਉੱਤੇ 1 ਮੰਜ਼ਿਲ, 2 ਮੰਜ਼ਿਲ, ਦੂਜੀ ਮੰਜ਼ਿਲ ਤੇ ਰਹਿੰਦਾ, ਮੈਂ ਕਿੱਦਾਂ ਪਾਣੀ ਚੜਾਉਂਗਾ ਕੋਈ?